ਪਟਿਆਲਾ ਦੇ ਵਿੱਚ ਵੱਡਾ ਪੁਲਿਸ ਐਨਕਾਊਂਟਰ ਹੋਇਆ। ਪਹਿਲਾਂ ਇੱਕ ਗੈਂਗਸਟਰ ਦੇ ਵੱਲੋਂ ਪੁਲਿਸ ਤੇ ਗੋਲੀ ਚਲਾਈ ਗਈ ਤਾਂ ਜਵਾਬੀ ਕਾਰਵਾਈ ਦੇ ਵਿੱਚ ਪੁਲਿਸ ਨੇ ਵੀ ਇਸ ਗੈਂਗਸਟਰ ਤੇ ਫਾਇਰ ਕੀਤੇ ਨੇ। ਦੱਸਦੇ ਕਿ ਸਮੀਰ ਕਟਾਰੀਆ ਦਾ ਕਤਲ ਕਰਕੇ ਇਹ ਗੈਂਗਸਟਰ ਭੱਜੇ ਸੀ, ਜਿਨ੍ਹਾਂ ਨੂੰ ਪੁਲਿਸ ਨੇ ਕਾਬੂ ਕੀਤਾ। ਇੱਕ ਦਾ ਐਨਕਾਊਂਟਰ ਕੀਤਾ, ਤਿੰਨ ਨੂੰ ਹਿਰਾਸਤ ਵਿੱਚ ਲਿਆ। ਪੁਲਿਸ ਨੇ ਇਹਨਾਂ ਪਾਸੋਂ ਇੱਕ ਪਿਸਟਲ, 32 ਬੋਰ ਸਮੇਤ 3 ਰੌਂਦ, 3 ਖਾਲੀ ਖੋਲ ਬਰਾਮਦ ਕੀਤੇ ਨੇ। ਦਿਨੇਸ਼ ਕੁਮਾਰ ਉਰਫ ਦਿਨ, ਅਭਿਸ਼ੇਕ ਕੁਮਾਰ, ਸਾਹਿਲ ਕੁਮਾਰ ਅਤੇ ਯੋਗੇਸ਼ ਮੋਰੀਆ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਸੋ ਪਟਿਆਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਨੇ ਇੱਕ ਅੰਨੇ ਕੇਸ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਨਾਮੀ ਗੈਂਗਸਟਰਾਂ ਨੂੰ ਕਾਬੂ ਕੀਤਾ। ਔਰ ਮੌਕੇ ਤੇ SSP ਮੌਜੂਦ ਸੀ। ਸਾਡੇ ਪੱਤਰਕਾਰ ਦੇ ਵੱਲੋਂ SSP ਵਰੁਣ ਸ਼ਰਮਾ ਦੇ ਨਾਲ ਇਸ ਐਨਕਾਊਂਟਰ ਬਾਰੇ ਖਾਸ ਗੱਲਬਾਤ ਕੀਤੀ ਗਈ। ਪਟਿਆਲਾ ਦੇ ਪਾਸੀ ਰੋਡ ਦੇ ਉੱਪਰ ਇੱਕ ਨੌਜਵਾਨ ਸਮੀਰ ਕਟਾਰੀਆ ਦਾ ਕਤਲ ਹੋ ਜਾਂਦਾ ਹੈ ਅਤੇ ਉਸ ਤੋਂ ਬਾਅਦ ਪਟਿਆਲਾ ਪੁਲਿਸ ਨੇ ਇਸ ਮਾਮਲੇ ਨੂੰ ਹੱਲ ਕਰਦਿਆਂ ਇਸ ਮਾਮਲੇ ਦੇ ਵਿੱਚ 4 ਜਿਹੜੇ ਗੈਂਗਸਟਰ ਨੇ ਜਾਂ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਗ੍ਰਿਫਤਾਰ ਕੀਤਾ, ਜਿਹਦਾ ਇੱਕ ਦਾ ਇਨਕਾਊਂਟਰ ਹੋਇਆ, ਜ਼ਖਮੀ ਹੋਇਆ। ਮੇਰੇ ਨਾਲ SSP ਵਰੁਣ ਸ਼ਰਮਾ ਅਤੇ ਉਹਦੀ ਪੂਰੀ ਟੀਮ ਮੌਜੂਦ ਹੈ ਜਿਨ੍ਹਾਂ ਦੇ ਵੱਲੋਂ ਇਸ ਪੂਰੇ ਮਾਮਲੇ ਨੂੰ ਹੱਲ ਕਰ ਲਿਆ ਗਿਆ। ਖੁਦ SSP ਸਾਹਿਬ ਨਾਲ ਗੱਲ ਕਰਦੇ ਹਾਂ। ਸਰ, ਜਿਹੜਾ ਕਤਲ ਹੋਇਆ ਸੀ 48 ਘੰਟੇ 'ਚ ਪਟਿਆਲਾ ਪੁਲਿਸ ਨੇ ਇਹਨੂੰ ਹੱਲ ਕਰ ਲਿਆ, ਕਿੰਨੇ ਅਪਰਾਧੀ ਫੜੇ ਗਏ ਨੇ ਅਤੇ ਉਹਨਾਂ ਦਾ ਪਿਛੋਕੜ ਕੀ ਹੈ ਜੀ ਅਪਰਾਧ ਦਾ? ਦੇਖੋ ਮਨੋਜ ਜੀ, ਇਹ ਬੜੀ ਇੱਕ ਸਨਸਨੀਖੇਜ਼ ਵਾਰਦਾਤ ਸੀਗੀ। ਸਮੀਰ ਕਟਾਰੀਆ ਨਾਮ ਦੇ 35 ਸਾਲਾ ਬਿਜ਼ਨਸਮੈਨ ਨੂੰ ਤੜਕਸਾਰ 3:30 ਵਜੇ ਇਹਨਾਂ ਨੇ ਗੱਡੀ ਉਹਦੀ ਖੋਹਣ ਦੀ ਨੀਤ ਨਾਲ ਉਹਨੂੰ ਰੋਕਿਆ ਅਤੇ ਜਦੋਂ ਉਹਨੇ ਵਿਰੋਧਤਾ ਕੀਤੀ ਤਾਂ ਉਹਨੂੰ ਮੌਤ ਦੇ ਘਾਟ ਬੜੀ ਬੇਰਹਿਮੀ ਨਾਲ ਇਹਨਾਂ ਨੇ ਉਤਾਰਤਾ ਸੀ। ਇੱਕ ਪਾਸੀ ਰੋਡ ਬੜੀ ਪੌਸ਼ ਲੋਕੈਲਿਟੀ ਹੈਗੀ ਹੈ ਅਤੇ ਇੱਕ ਬੜਾ ਸਹਿਮ ਦਾ ਮਾਹੌਲ ਸੀਗਾ। ਮਾਨਯੋਗ DGP ਪੰਜਾਬ ਦੀ ਹਦਾਇਤਾਂ ਮੁਤਾਬਿਕ ਪਟਿਆਲਾ ਪੁਲਿਸ ਨੇ ਬੜੀ ਮੁਸਤੈਦੀ ਨਾਲ ਕੰਮ ਕਰਦੇ ਹੋਏ 48 ਘੰਟਿਆਂ ਦੇ ਅੰਦਰ ਇਸ ਬਲਾਈਂਡ ਵਾਰਦਾਤ ਨੂੰ, ਇਸ ਬਲਾਈਂਡ ਮਰਡਰ ਨੂੰ ਟਰੇਸ ਕੀਤਾ। 4 ਦੋਸ਼ੀ ਆਈਡੈਂਟੀਫਾਈ ਹੋ ਗਏ ਆ ਜਿਨ੍ਹਾਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਉਹਨਾਂ 'ਚੋਂ 2 ਦੋਸ਼ੀ ਅਰੈਸਟ ਵੀ ਹੋ ਗਏ ਆ, ਬਾਕੀ 2 ਦੀ ਅਰੈਸਟ ਲਈ ਪਾਰਟੀਆਂ ਨਿਕਲੀਆਂ ਹੋਈਆਂ ਨੇ। ਜਿਹੜਾ 2 ਦੋਸ਼ੀ ਅਰੈਸਟ ਹੋਏ ਆ ਉਹਨਾਂ 'ਚੋਂ 1 ਦੋਸ਼ੀ ਨੂੰ ਜਦੋਂ ਅੱਜ ਪੁਲਿਸ ਪਾਰਟੀਆਂ ਨੇ, ਇੰਚਾਰਜ CIA ਨੇ, SHO ਸਿਵਲ ਲਾਈਨ ਨੇ ਘੇਰਾ ਪਾਇਆ ਬਖਸ਼ੀਵਾਲਾ ਥਾਣੇ ਦੇ ਏਰੀਏ 'ਚ, ਅਤੇ ਉਹਨੇ ਜਾਨੋਂ ਮਾਰਨ ਦੀ ਨੀਅਤ ਨਾਲ ਅਤੇ ਭੱਜਣ ਦੀ ਨੀਅਤ ਨਾਲ ਪੁਲਿਸ ਪਾਰਟੀਆਂ 'ਤੇ ਫਾਇਰਿੰਗ ਕੀਤੀ। 3 ਰਾਊਂਡ ਉਹਨੇ ਫਾਇਰ ਕੀਤੇ। ਬੜੀ ਬਹਾਦਰੀ ਨਾਲ ਜਵਾਬੀ ਫਾਇਰ ਕਰਦੇ ਹੋਏ ਪੁਲਿਸ ਪਾਰਟੀਆਂ ਨੇ ਜਵਾਬੀ ਫਾਇਰ ਕੀਤਾ ਅਤੇ ਉਹਦੇ ਪੱਟ 'ਚ ਗੋਲੀ ਵੱਜੀ ਅਤੇ ਉਹਨੂੰ ਜ਼ਾਬਤੇ ਅਨੁਸਾਰ ਅਰੈਸਟ ਕਰਕੇ ਰਜਿੰਦਰਾ ਹੋਸਪਿਟਲ 'ਚ ਦਾਖਲ ਕਰਾਇਆ ਗਿਆ। ਸਰ, ਕੁੱਲ ਕਿੰਨੇ ਅਪਰਾਧੀ ਫੜੇ ਨੇ ਇਸ ਮਾਮਲੇ 'ਚ ਫਿਲਹਾਲ? ਦੇਖੋ, 2 ਤੇ ਜਿਹੜੇ ਕਾਤਲ ਸੀਗੇ ਉਹ ਫੜੇ ਆ, 2 ਉਹਨਾਂ ਨੂੰ ਠਾਰ ਦੇਣ, ਪਨਾਹ ਦੇਣ ਵਾਲੇ ਮੁੰਡੇ ਫੜੇ ਆ, ਉਹਨਾਂ 'ਚੋਂ ਵੀ ਪਿਸਟਲ ਬਰਾਮਦ ਹੋਇਆ। ਅਤੇ ਇਹਨਾਂ ਨੇ ਲੁਧਿਆਣੇ ਵੀ, ਜਿੱਦਣ ਇਹਨਾਂ ਨੇ ਪਟਿਆਲੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਉਸ ਤੋਂ ਚੰਦ ਘੰਟੇ ਪਹਿਲਾਂ ਹੀ ਇਹਨਾਂ ਨੇ ਲੁਧਿਆਣੇ 'ਚ ਵੀ ਇੱਕ I-20 ਗੱਡੀ ਦੀ ਬੰਦੂਕ ਦੀ ਨੋਕ 'ਤੇ ਖੋਹ ਕੀਤੀ ਸੀ। ਸਰ, ਕੀ ਲੱਗਦਾ ਜਿਸ ਤਰ੍ਹਾਂ ਹਥਿਆਰ ਬਰਾਮਦ ਹੋਏ ਨੇ, ਗੱਡੀਆਂ ਖੋਹਦੇ ਸੀ, ਵੀ ਹੋ ਸਕਦਾ ਇਹਨਾਂ ਨੇ ਪਟਿਆਲੇ ਦੇ ਵਿੱਚ ਵੀ ਕਿਸੇ ਵਾਰਦਾਤ ਨੂੰ ਅੰਜਾਮ ਦੇਣਾ ਹੋਵੇ ਪਰ ਪਹਿਲਾਂ ਹੀ ਪਟਿਆਲਾ ਪੁਲਿਸ ਨੇ ਉਹਨਾਂ ਨੂੰ ਕਾਬੂ ਕਰ ਲਿਆ? ਦੇਖੋ, ਅਸੀਂ ਹਰ ਗੈਂਗ ਦਾ ਬੈਕਵਰਡ ਅਤੇ ਫਾਰਵਰਡ ਲਿੰਕੇਜ ਵੇਖਦੇ ਹਾਂ। ਇਸ ਗੈਂਗ 'ਚ ਵੀ ਅਸੀਂ ਪੂਰਾ ਤਹਿ ਤੱਕ ਜਾਵਾਂਗੇ ਕਿ ਇਹਨਾਂ ਨੇ ਕਿੰਨੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਅਤੇ ਉਸ ਤੋਂ ਬਾਅਦ ਇਹ ਵੀ ਵੇਖਾਂਗੇ ਕਿ ਜਿਹੜੀ ਗੱਡੀਆਂ ਖੋਹਦੇ ਸੀ ਉਹਨਾਂ ਨੂੰ ਗੈਰ ਕਾਨੂੰਨੀ ਤਰੀਕੇ ਨਾਲ ਕਿੱਥੇ ਵੇਚਦੇ ਸੀਗੇ। ਸਰ, ਹੋਰ ਫਰਾਰ ਵੀ ਨੇ ਬੰਦੇ, ਕਹਿੰਦੇ ਸਾਥੀ, ਉਹਨਾਂ ਨੂੰ ਵੀ ਪੁਲਿਸ ਤਲਾਸ਼ ਕਰ ਰਹੀ ਹੈ? ਦੇਖੋ, 2 ਦੋਸ਼ੀ ਫਰਾਰ ਨੇ ਅਤੇ ਬੜੀ ਸਰਗਰਮੀ ਨਾਲ ਅਸੀਂ ਉਹਨਾਂ ਦੀ ਤਲਾਸ਼ ਕਰ ਰਹੇ ਹਾਂ, ਬਹੁਤ ਛੇਤੀ ਉਹਨਾਂ ਨੂੰ ਵੀ ਅਰੈਸਟ ਕਰ ਲਿਆ ਜਾਊਗਾ। ਸੋ SSP ਵਰੁਣ ਸ਼ਰਮਾ ਨੇ ਜਿਨ੍ਹਾਂ ਨੇ ਪੂਰੇ ਮਾਮਲੇ ਬਾਰੇ ਦੱਸਿਆ ਕਿ ਜਿਹੜੇ ਅਪਰਾਧੀ ਨੇ ਉਹਨਾਂ ਨੂੰ ਫੜ ਲਿਆ ਗਿਆ, ਉਹਨਾਂ ਨੂੰ ਪਨਾਹ ਦੇਣ ਵਾਲਿਆਂ ਨੂੰ ਫੜ ਲਿਆ ਗਿਆ ਅਤੇ ਇਸ ਮਾਮਲੇ ਨੂੰ ਹੱਲ ਕਰ ਲਿਆ ਗਿਆ। ਸੋ ਇੱਕ ਵਾਰ ਫਿਰ ਪਟਿਆਲਾ ਪੁਲਿਸ ਨੇ ਇੱਕ ਅੰਨੇ ਕਤਲ ਦੀ ਗੁੱਥੀ ਨੂੰ 48 ਘੰਟਿਆਂ ਦੇ ਵਿੱਚ ਗ੍ਰਿਫਤਾਰ ਕਰਕੇ, ਪੂਰਾ ਮਾਮਲਾ ਫੜ ਕੇ ਜਿਹੜੇ ਅਪਰਾਧੀ ਸੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕੋਲ ਅਸਲਾ ਵੀ ਬਰਾਮਦ ਕਰ ਲਿਆ। ਪਟਿਆਲਾ ਤੋਂ ਮਨੋਜ ਸ਼ਰਮਾ, News 18 ਪੰਜਾਬ।